ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਰੋਜ਼ੀ ਰੋਟੀ ਦੇ ਲਈ ਸਾਊਦੀ ਅਰਬ ਗਿਆ ਸੀ, ਜਿੱਥੇ ਹੁਣ ਉਸਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਗੜਸ਼ੰਕਰ ਦੇ ਪਿੰਡ ਗੋਲੀਆਂ ਦਾ 26 ਸਾਲ ਦਾ ਇਹ ਨੌਜਵਾਨ ਸੀ ਜੋ ਰੋਜ਼ੀ ਰੋਟੀ ਦੇ ਲਈ ਸਾਊਦੀ ਅਰਬ ਗਿਆ ਸੀ, ਤਾਂ ਹੁਣ ਇਸਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਪੀੜਤ ਪਰਿਵਾਰ ਦੇ ਵੱਲੋਂ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਦੇ ਲਈ ਗੁਹਾਰ ਆ ਜਿਹੜੀ ਉਹ ਭਾਰਤ ਸਰਕਾਰ ਤੋਂ ਲਗਾਈ ਗਈ ਹੈ, ਤਾਂ ਜੋ ਉਹ ਹੱਥੀਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ। ਪਰਮਦੀਪ ਸਿੰਘ ਥਿੰਦ, ਉਮਰ 26 ਸਾਲ, ਜੋ ਕਿ 30 ਨਵੰਬਰ 2023 ਨੂੰ ਸਾਊਦੀ ਅਰਬ ਗਿਆ ਸੀ, ਉੱਥੇ ਡਰਾਈਵਰੀ ਕਰਦਾ ਸੀ, ਤਾਂ ਹੁਣ ਉਸਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ, ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੀੜਤਾਂ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਨੂੰ ਸਾਊਦੀ ਅਰਬ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਪਰਮਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਪਰਮਦੀਪ ਸਿੰਘ ਥਿੰਦ ਦੇ ਮਾਤਾ ਪਿਤਾ ਨਹੀਂ ਨੇ, ਉਹਨਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰ ਦੇ ਵੱਲੋਂ ਭਾਰਤ ਸਰਕਾਰ ਤੋਂ ਮ੍ਰਿਤਕ ਦੇ ਪਿੰਡ ਲਿਆਉਣ ਦੀ ਮੰਗ ਆ ਜਿਹੜੀ ਉਹ ਕੀਤੀ ਗਈ ਹੈ। ਤਾਂ 30 ਨਵੰਬਰ 2023 ਨੂੰ ਇਹ ਨੌਜਵਾਨ ਵਿਦੇਸ਼ ਗਿਆ ਸੀ ਰੋਜ਼ੀ ਰੋਟੀ ਦੇ ਲਈ, ਮਾਪਿਆਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਤਾਂ ਹੁਣ ਇਸਦੀ ਵੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ, ਜਿਸ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮੇਰਾ ਨਾਂ ਜਸਵਿੰਦਰ ਕੌਰ ਆ, ਮੇਰੇ ਚਾਚਾ ਜੀ ਦਾ ਬੇਟਾ ਆ ਅਤੇ ਪਰਮਦੀਪ ਸਿੰਘ ਥਿੰਦ ਆ, ਅਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ ਸਾਊਦੀ ਅਰਬ ਨੂੰ, ਅਤੇ ਉਹਦੀ ਹੁਣ ਡੈੱਡ ਬੋਡੀ ਦਾ ਸਾਨੂੰ ਪਤਾ ਲੱਗਾ ਵੀ ਉਹਦੀ ਉੱਥੇ ਡੈੱਥ ਹੋ ਗਈ ਹੈ। ਡੈੱਡ ਬੋਡੀ ਸਾਨੂੰ, ਅਸੀਂ ਸਰਕਾਰ ਦੇ ਅੱਗੇ ਅਪੀਲ ਕਰਦੇ ਹਾਂ ਕਿ ਡੈੱਡ ਬੋਡੀ ਸਾਡੀ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ, ਅਸੀਂ ਆਪਣੇ ਹੱਥੀਂ ਉਹਦਾ ਸਾਰਾ ਕੁਛ ਕਾਰਜ ਉਹਦਾ ਕਰੀਏ। ਸਰਕਾਰ ਅੱਗੇ ਵਾਰ ਵਾਰ ਇਹੀ ਅਪੀਲ ਅਸੀਂ ਕਰਦੇ ਹਾਂ, ਸਾਡੇ ਬੱਚੇ ਦਾ ਕੁਛ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ 'ਚ ਆ, ਕਿੱਥੇ ਹੈਗਾ ਆ, ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੀ ਹੈ। ਕਿੰਨਾ ਚਿਰ ਹੋ ਗਿਆ ਸੀ ਗਏ? ਹਾਂਜੀ 7 ਮਹੀਨੇ ਹੋ ਗਏ ਆ ਜੀ ਗਏ ਨੂੰ। ਹਾਂਜੀ ਡੈੱਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ, ਹਾਂਜੀ, ਅਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫਿਰ ਹੀ ਪਤਾ ਲੱਗੂਗਾ ਉਹਨਾਂ ਦੇ ਕੋਲੋਂ ਜੀ। ਮੇਰਾ ਨਾਮ ਦਲਵੀਰ ਕੌਰ ਆ, ਮੇਰੇ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਘਰੋਂ ਸਾਊਦੀ ਅਰਬ ਨੂੰ ਗਿਆ ਸੀ, ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ, ਅਤੇ ਉਹਨਾਂ ਦੀ ਡੈੱਥ ਹੋ ਗਈ ਪਰਸੋਂ ਰਾਤੀ। ਸਾਨੂੰ ਰਾਤ 11:30 ਫੋਨ ਆਇਆ ਕਿ ਉਹਨਾਂ ਦੀ ਡੈੱਥ ਹੋ ਗਈ ਆ, ਸਾਨੂੰ ਬਹੁਤ ਪਰੇਸ਼ਾਨੀ ਆ, ਸਾਡੀ ਡੈੱਡ ਬੋਡੀ ਸਾਡੇ ਕੋਲ ਪਹੁੰਚਣੀ ਚਾਹੀਦੀ, ਅਤੇ ਅਸੀਂ ਉਹਦੇ ਜਿਹੜੇ ਆਤਮ ਅੱਗੇ ਗਿਆ ਨਾ ਅਖੀਰਲੀ ਅਸੀਂ ਆਪਣੇ ਹੱਥੀਂ ਕਰਨੀ ਚਾਹੁੰਦੇ ਹਾਂ। ਬੇਟਾ ਲੱਗਦਾ ਸੀ, ਮੈਂ ਅਵਤਾਰ ਸਿੰਘ, ਮੇਰਾ ਭਤੀਜਾ ਪਰਮਦੀਪ ਸਿੰਘ ਦੂਜਾ 30 ਨਵੰਬਰ ਨੂੰ ਗਿਆ ਸੀ ਸਾਊਦੀ ਅਰਬ, ਉੱਥੇ ਜਾ ਕੇ ਉਹ ਸਾਨੂੰ ਕਿਸੇ ਦਾ ਫੋਨ ਆਇਆ ਵੀ ਉਹਦੀ ਡੈੱਥ ਹੋ ਗਈ ਆ, ਅਸੀਂ ਹੁਣ ਸਰਕਾਰ ਤੋਂ ਬੇਨਤੀ ਕਰਦੇ ਹਾਂ ਕਿ ਉਹਦੀ ਡੈੱਡ ਬੋਡੀ ਇੱਥੇ ਭੇਜੀ ਜਾਵੇ, ਤਾਂ ਅਸੀਂ ਉਹਦਾ ਆਪਣੇ ਹੱਥੀਂ ਕਿਰਿਆਕਰਮ ਕਰ ਲਈਏ। ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ, ਉਹਦੀ ਮਾਂ ਦੀ ਵੀ ਡੈੱਥ ਹੋ ਗਈ ਆ, ਉਹਦੀ ਘਰ ਵਾਲੀ ਲੜਕੇ ਪਹਿਲਾਂ ਚਲੇ ਗਏ ਸੀ ਅਤੇ ਉਹ ਇਕੱਲਾ ਹੀ ਸੀ, ਡਿਪਰੈਸ਼ਨ 'ਚ ਆਇਆ, ਪਤਾ ਨਹੀਂ ਕੋਈ ਪਤਾ ਨਹੀਂ ਹੈ ਕੀ ਗੱਲ ਹੋਈ ਕੀ ਨਹੀਂ। ਬਾਕੀ ਉਹ ਸਾਨੂੰ ਕੱਲ੍ਹ ਰਾਤ ਪਤਾ ਲੱਗਾ ਸੀ ਕਿਸੇ ਮੁੰਡੇ ਦਾ ਫੋਨ ਆਇਆ ਸੀ, ਅਤੇ ਫਿਰ ਉਹ ਕੱਲ੍ਹ ਦੁਪਹਿਰੇ ਵੀ ਗਿਆ ਪਰ ਇੱਥੇ 2 ਸਾਊਦੀ ਅਰਬ ਛੁੱਟੀ ਆ, ਅਤੇ ਤੁਹਾਨੂੰ ਐਤਵਾਰ ਨੂੰ ਫਿਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ, ਸਾਡੇ ਕੋਲ ਨੰਬਰ ਕੋਈ ਹੈ ਨਹੀਂ। ਹਾਂ ਕੋਈ ਸਵਾਸੀ ਕਿਤਾਬ ਨੂੰ ਆਇਆ ਅਤੇ ਉਹ ਕਹਿੰਦਾ ਵੀ ਇੱਦਾਂ ਤੁਹਾਡੀ ਡੈੱਥ ਹੋ ਗਈ ਆ, ਫਿਰ ਅਸੀਂ ਤੁਹਾਡੀ ਹੈਲਪ ਕਰਾਂਗੇ, ਫਿਰ ਤੁਹਾਨੂੰ ਦੱਸਾਂਗੇ 2 ਛੁੱਟੀਆਂ, ਛੁੱਟੀਆਂ ਦੇ ਬਾਅਦ ਗੱਲ ਕਰਾਂਗੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਡੈੱਡ ਬੋਡੀ ਇੱਥੇ ਪਹੁੰਚਣੀ ਚਾਹੀਦੀ ਆ, ਅਸੀਂ ਉਹਦੇ ਆਪਣੇ ਹੱਥੀਂ ਕਾਰਿਆਕਰਮ ਕਰ ਲਈਏ।
ਸਾਊਦੀ ਅਰਬ ਸੀ, ਅਰਬ ਦੀ ਸਾਊਦੀ ਅਰਬ ਕੰਪਨੀ ਸੱਤ ਮਹੀਨੇ ਹੋ ਗਏ ਨੇ ਸੀਗੇ। ਤੀਨ ਬੰਬਰ ਨੂੰ ਗਿਆ ਸੀ, ਕੀ ਕੰਮ ਡਰਾਈਵਰੀ ਕਰਦਾ ਸੀ, ਗੱਡੀ ਚਲਾਉਂਦਾ ਸੀ, ਕੰਮ ਕਾਰ ਦੱਸਦਾ ਸੀ, ਵਧੀਆ ਕੰਮ ਕਾਰ ਕਹਿੰਦਾ, ਵਧੀਆ ਸੀ, ਠੀਕ ਸੀ।